हेलो गाइस गुड मॉर्निंग जुम्मा रात हो गई निकल गई तो जुम्मा आ गया भाजी ठीक है एक मिनट कैमरे का फोकस नहीं बन रहा यार थोड़ा जा लाइट हाँ तो उठ गए रात बहुत वधिया ना असं इंजॉय किया काफ़ी तो लेकिन हुण तुहानू मैं एक चीज़ दिखाउणी सी यार ब्रेकफास्ट की मतलब बनाउणा आंडे मैं दिखा रहा एक मिनट ये एवें नहीं झोटे पलदे तो ਇਹ 15 ਦਿਨ ਬਣਾ ਲਿਆ ਆਲਰੇਡੀ ਕਿੰਨੇ ਦਾ ਹੈ ਸ਼ਹਿਰੀ ਕਿੰਨੇ ਅੰਡੇ ਚ ਹੋਣਗੇ 4-5 ਹਾਂਜੀ ਜਾਂਦੇਗੀ ਤੇ ਉੱਥੋਂ ਤੁਸੀਂ ਅੰਦਾਜ਼ਾ ਲਾ ਲਓ ਦੂਜਾ ਹੈ ਤੇ ਤਿੰਨ ਅਸੀਂ ਪਹਿਲਾਂ ਖਾ ਲਏ ਅਲਫਾ ਜ਼ੋਨ ਹੇਅਰ ਸਲੂਨ ਦੇ ਆ ਗਿਆ ਬਾਈ ਜੀ ਮੈਂ ਕੈਮਰਾ ਸੈੱਟ ਕਰ ਲਾ ਹੈਪੀ ਬਾਈ ਔਨ ਟਾਈਮ ਆਲਵੇਜ਼ ਦੀ ਤਰ੍ਹਾਂ ਇੱਕ ਮਿੰਟ ਇਹ ਬੰਦ ਆ ਲੈ ਛੋਟੇ ਪਾਣੀ ਪੀ ਕਟਿੰਗ ਸ਼ਟਿੰਗ ਕਰਾਉਣੀ ਹੈ ਯਾਰ ਕੈਮਰਾ ਆਲਵੇਜ਼ ਹੱਥ 'ਚ ਹੀ ਰਹਿੰਦਾ ਨਾਲ ਹੀ ਆਲਵੇਜ਼ ਨਹੀਂ ਰੱਖਦਾ ਐਵੇਂ ਅੱਜ ਰੱਖਿਆ ਇਹਨੇ मैं ऑलवेज रखना सारा झूठ बोलता खैर मुंडा पाकिस्तानी भी पीने अम्मी नहीं भरी तू मैं ला दंगा साला बंद रही है 300 ਦੀ ਨਹੀਂ ਹੈ ਤਾਂ 600 ਦੀ 50% ਡਿਸਕਾਊਂਟ ਚੱਲਦਾ ਅਨਾਉਂਸ ਕਰ ਦੇ ਦੋ ਮੂਰੇ ਕਹਦੇ ਇਹਨਾਂ ਦੇ ਵੀ ਬਿੱਲ ਤੋਂ ਲੈ ਕੇ ਦੇਗਾ ਮੂਡ ਨਹੀਂ ਇਹ ਗਲਾਸ ਮੰਗਦਾ ਮਤਲਬ ਸ਼ੇਡਸ ਕਿਹੜੇ ਰੰਗ ਦੇ ਨੀਲੇ ਰੰਗ ਬਲੂ ਕਲਰ ਦੇ ਬਲੂ ਕਲਰ ਦੇ ਬਹੁਤ ਤੇ ਇਹ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਲੈ ਦੇ ਹਾਂ ਮੈਨੂੰ ਸ਼ਹਿਰੀ ਬਾਈ ਨੇ ਗਿਫਟ ਕੀਤੀ ਸੀ ਤੂੰ ਸ਼ਹਿਰੀ ਬਾਈ ਨੂੰ ਕੀ ਗਿਫਟ ਕੀਤਾ ਹੁਣ ਤੱਕ ਫਿਰ ਸ਼ਹਿਰੀ ਮੇਰਾ ਮਿੱਤਰ ਹੈ ਤਾਂ ਕਿ ਲੋੜਾ ਮੈਂ ਉਹ ਕੀ ਕਹਿੰਦੇ ਜੇ ਦਊਗਾ ਮੈਂ ਫਿਰ ਵਾਪਸ ਦਵਾਂ ਉਹਨੂੰ ਰਿਟਰਨ ਨਹੀਂ ਨਹੀਂ ਤੂੰ ਫਿਰ ਤੂੰ ਨਹੀਂ ਲੈ ਕੇ ਫਿਰ ਤੂੰ ਕਦੋਂ ਦਿੱਤਾ ਕਿੰਨੇ 6 ਸਾਲ ਹੋ ਗਏ ਨਹੀਂ ਦਿੱਤਾ ਫਿਰ ਤਾਂ ਕੀ ਸ਼ਹਿਰੀ ਕੱਲ ਕੋਈ ਹੁਣ ਤੈਨੂੰ ਮੋੜ ਜਾਨੀ ਕਿ ਮੈਂ ਮੋੜਦਾ ਗਿਫਟ ਸ਼ਹਿਰੀ ਪਿੱਛੇ ਬੈਠਾ ਬਾਈ ਜੀ ਆ ਆ ਸ਼ਹਿਰੀ ਬਾਈ ਨੇ ਮੈਨੂੰ ਲੈ ਕੇ ਦਿੱਤਾ ਜੀ ਔਕਲੇ ਦੀਆਂ ਗਿਫਟ ਸ਼ਹਿਰੀ ਬਾਈ ਕਿਦਾਂ ਲੱਗਦਾ ਮਤਲਬ ਅਗਰ ਤੁਸੀਂ ਕਿਸੇ ਨੂੰ ਗਿਫਟ ਦਿੰਦੇ ਹੋ ਰਿਟਰਨ ਦੇ ਵਿੱਚ ਤੁਹਾਨੂੰ ਮਤਲਬ ਕੁਝ ਵੀ ਨਹੀਂ ਮਿਲਦਾ ਕਦੇ ਸਾਲ ਬਾਅਦ ਕਰੇ 6 ਮਹੀਨੇ ਬਾਅਦ अगली बार तू तू याद करा शहरी इतने भी छड़ के देख ली मैं आप चले बाई जी असि जा रहे शारजा एयरपोर्ट दे कोले मतलब नियर चलो एक विजिट करते हैं फिर देखते हैं उत्थे जाके की सिनेरियो बनता की डिस्प्ले आउंदी अपने ब्लॉग की ठीक है हुण तुहानू डायरेक्ट लोकेशन ते मिलते हैं जिथे असी आना सीगा हम दिखाने क्लासिक कार म्यूजियम अपने लिए आके खड़ गई ये भी क्लासिक तो घट थोड़ा है कि नहीं क्लासिक कार्स ने क्लासिक कार्स मतलब जिहड़ियां पुराने 1930 1920 मे बी 18 दियां भी होण ये कुछ कह नहीं सकता तुहानूं लैके चलदे आं अपनियां ओल्ड मॉडल वर्ल्ड दियां पुरानियां कारां दे नाल रूबरू करवाउंदे आं सही है ਆ ਮਾਡਲ ਕਿਦਾਂ ਇੱਕ ਹੋਰ ਆ ਰਹੀ ਅੱਗੇ ਇਹ ਪੁਰਾਣੇ ਜ਼ਮਾਨੇ ਦਾ ਪੰਜਾਬ ਦੇ ਵਿੱਚ ਤਾਂ ਆਪਣੇ ਟਾਂਗਾ ਕਹਿ ਦਿੰਦੇ ਆ
ਤਾਂਗਾ ਤਾਂਗਾ ਹਾਂ ਮੈਨੂੰ ਖੇੜੇ ਭਾਈ ਟਾਂਗੇ ਨੂੰ ਇੰਗਲਿਸ਼ ਕੀ ਕਹਿੰਦੇ ਆ ਠਾਂਗਾ ਉਹ ਇਸ ਕਾਲ ਠਾਂਗਾ ਟਾਂਗੇ ਨੂੰ ਠਾਂਗਾ ਪੰਜਾਬੀ ਚ ਵੀ ਟਾਂਗਾ ਤੇ ਇੰਗਲਿਸ਼ ਚ ਠਾਂਗਾ This is another one. ਘੁੰਮੀਆਂ ਸ਼ੁੰਮੀਆਂ ਵੀ ਹੋ ਰਹੀਆਂ ਨੇ ਗੱਡੀਆਂ ਨਾਲ ਇੰਜੋਇਮੈਂਟ ਵੀ ਦੇਖਦੇ ਆ ਨਾ ਨਾਲ ਜਿਹੜੇ ਟਿਕਟੋਕ ਦੇ ਲਵਰ ਨੇ ਕੀੜਾ ਉਹ ਵੀ ਜਾਗਦਾ ਵਾ ਸੀ ਦਿਸ ਗਾਇ ਗਾਇਜ਼ ਵੈਨ ਯੂ ਐਂਟਰ ਉਹ ਇੰਸਟਰਕਸ਼ਨ ਦਿੰਦੇ ਨੇ ਸੇਫਟੀ ਬਰੀਫਿੰਗ ਕਿ ਕਿਸੇ ਕਾਰ ਨੂੰ ਟੱਚ ਨਹੀਂ ਕਰ ਸਕਦੇ ਤੁਸੀਂ ਸਿਰਫ ਦੇਖ ਸਕਦੇ ਹੋ ਕਿਸੇ ਨੂੰ ਟੱਚ ਨਹੀਂ ਕਰ ਸਕਦੇ ਕਾਰਸ ਨੂੰ ਥੋੜ੍ਹਾ ਜਿਹਾ ਨੇੜੇ ਲੈ ਕੇ ਚੱਲਦੇ ਹਾਂ ਫਿਰ ਮਜ਼ਾ ਆਉਣਾ ਸੀ ਡੋਜ ਬ੍ਰਦਰਸ ਮਾਡਲ 30-35 ਟੋਇ ਬਈ ਸਟਾਰਟਿੰਗ ਆ ਦੇਖੋ ਟਕ ਆਈ ਥਿੰਕ ਇੰਜਨ ਲੀਵਰ ਦੇਅਰ ਟੂ ਪੁੱਲ ਲਾਈਕ ਦਿਸ ਜਿਵੇਂ ਆਪਾਂ ਜਨਰੇਟਰ ਚਲਾਉਂਦੇ ਸੀ ਨਾ ਪਹਿਲਾਂ ਹੁਣ ਵੀ ਚਲਾਉਂਦੇ ਜਿਹੜੇ ਘਰਾਂ ਦੇ ਵਿੱਚ ਹੁੰਦੇ ਨੇ ਪੁਰਾਣੇ ਜਨਰੇਟਰ ਐਂ ਚੱਲਦੇ ਹੁੰਦੇ ਸੀ ਨਾਓ ਸੈਕਿੰਡ ਵਨ 4 ਮਾਡਲ ਮੋਡੀਫਾਈ 1980 ਅਮੇਜ਼ਿੰਗ ਕਾਰਸ ਯਾਰ ਅਮੇਜ਼ਿੰਗ ਫੋਰਡ ਇਹ ਵੀ ਫੋਰਡ ਮਾਡਲ ਕੀ ਸਪੈਸ਼ਲ ਦਿਸ ਵਨ ਇਹ ਵੀ ਫੋਰਡ ਹੈ ਜਿਹੜੀ ਬੈਕ ਸਾਈਡ 'ਤੇ ਹੈ ਕਾਰਸ ਦੇਖੋ ਕਿੰਨੀਆਂ ਅੱਛੇ ਮੇਨਟੇਨ ਕਰਕੇ ਰੱਖੀਆਂ ਹੋਈਆਂ ਨੇ Fiat 509 See nice yaar go bolta mein lag gaya session mainu kafi mil rahe ne battery nu madde nazar rakhde ve guys eh main first point te khada ma jadon hi enter hunde right side te oh eda entrance hai ga theek hai eh aa side to tu sidha right samne reception counter to right side te aao ek ਰਾਊਂਡ ਕੈਮਰਾ ਘੁਮਾ ਰਿਹਾ ਕਾਫੀ ਕਾਰਾਂ ਨੇ ਟਾਈਮ ਲੱਗੇਗਾ ਇਹਨੂੰ ਦੇਖਣ ਲਈ ਔਰ ਇੰਨਾ ਲੰਬਾ ਵਲੌਗ ਮੈਂ ਬਣਾ ਨਹੀਂ ਸਕਦਾ ਅਤੇ ਕਿਉਂਕਿ ਜ਼ਿਆਦਾ ਲੰਬਾ ਹੋ ਜਾਏਗਾ ਤਾਂ ਫਿਰ ਬੋਰ ਕਰਨ ਲੱਗ ਜਾਂਦਾ ਸਹੀ ਹੈ ਬੈਕ ਸਾਈਡ 'ਤੇ ਦੇਖੋ ਕਾਰ ਓਫ ਯਾਰ ਕਾਰਾਂ ਬਹੁਤ ਕਲਾਸਿਕ ਨੇ ਯਾਰ ਰੀਅਲੀ ਸੀ ਬੈਂਸ ਆਟੋਮੈਟਿਕ 250 ਤੁਸੀਂ ਜਦੋਂ ਵੀ ਆਓਗੇ ਇਹਨਾਂ ਦੇ ਫਰੰਟ ਦੇਖੀ ਹੋਈ ਹੈ ਡਿਸਕ੍ਰਿਪਸ਼ਨ ਉੱਥੇ ਲਿਖਿਆ ਉਹਨਾਂ ਨਾਮ ਈਅਰ ਠੀਕ ਹੈ ਕਿਹੜੇ ਕਿਹੜੇ ਸਾਲ ਦੇ ਵਿੱਚ ਇਹ ਬਣੀਆਂ ਜਾਂ ਆਈਆਂ ਸੀਗੀਆਂ ਵਰਲਡ 'ਚ ਦੇ ਕੀ ਲਿਖਿਆ ਇਹਨਾਂ ਦਾ ਮਰਸਡੀਸ ਐਂਬੂਲੈਂਸ 1984 ਸਾਰਿਆਂ ਨੂੰ ਪਤਾ ਹੀ ਹੋਣਾ ਜੀ ਇੰਡੀਅਨ ਸਕਾਟ ਮੋਟਰਸਾਈਕਲ ਯਾਰ ਇਹ ਕਾਰਾਂ ਰਿਮਾਇੰਡ ਕਰਵਾ ਰਹੀਆਂ ਮੈਨੂੰ ਮਤਲਬ ਜਿਹੜੀਆਂ ਬਾਲੀਵੁੱਡ ਦੀਆਂ ਮੂਵੀਜ਼ ਆਉਂਦੀਆਂ ਨੇ ਪੁਰਾਣੀਆਂ ਦੇਵਾਨੰਦ ਦਲੀਪ ਕੁਮਾਰ ਉਹਨਾਂ ਜ਼ਮਾਨੇ ਦੇ ਵਿੱਚ ਸਹੀ ਹੈ 80s ਦੀ ਮੂਵੀ
ਇਹ ਕਾਰਾਂ ਉਹਨਾਂ ਦੀ ਯਾਦ ਕਰਾਉਂਦੀਆਂ ਮੂਵੀ 'ਚ ਸੀ ਕਿਸੇ ਦਾ ਨਾਮ ਇਹ ਨਹੀਂ ਹੁੰਦਾ ਮਿੱਤਰੋ ਕਾਰਾਂ ਬਹੁਤ ਨੇ ਇੰਨਾ ਮਤਲਬ ਅਗਰ ਵਨ ਬਾਏ ਵਨ ਕਰਕੇ ਦੇਖਣਾ ਮਤਲਬ ਕਿਸੇ ਨੂੰ ਵੀ ਤਾਂ ਟਾਈਮ ਬਹੁਤ ਲੱਗੇਗਾ ਠੀਕ ਹੈ ਇਸ ਕਰਕੇ ਮੈਂ ਰੈਂਡਮਲੀ ਇੱਕ ਕੈਮਰਾ ਮੂਵ ਔਨ ਕਰ ਰਿਹਾ ਕਾਫੀ ਕਲੈਕਟਿਵ ਕਾਰਸ ਨੇ ਸੀ ਮਸ਼ੀਨਸ ਪਾਵਰਫੁਲ ਮਸ਼ੀਨਸ ਪੁਰਾਣੇ ਜ਼ਮਾਨੇ ਦੀ 1947 ਇਹਨੂੰ ਲੱਭ ਰਿਹਾ ਸੀ ਮੈਂ ਇਹਨੂੰ ਵਿਲੇ ਵਿਲੇ ਪੰਜਾਬੀਆਂ ਦੀ ਜਾਨ ਬਾਈ ਜੀ ਪੰਜਾਬੀ ਪੰਜਾਬ ਦੇ ਵਿੱਚ ਕਾਫੀ ਤੁਹਾਨੂੰ ਪਤਾ ਪਾਈ ਜਾਂਦੀ ਹੈ ਨਾ ਮੋਗੇ ਦੀ ਮੰਡੀ ਦੇ ਕਾਫੀ ਜ਼ਿਆਦਾ ਕਲੈਕਸ਼ਨ ਯਾਰ ਬਹੁਤ ਜ਼ਿਆਦਾ ਕਲੈਕਸ਼ਨ ਹੈ ਮਜ਼ਾ ਆਉਂਦਾ ਕਾਰਾਂ ਦੇਖਣ ਦਾ ਆ ਸਕਦੇ ਹੋ ਟਾਈਮ ਪਾਸ ਹੈਗਾ ਵਾ ਜਿਹਨੂੰ ਕਾਰਾਂ ਦਾ ਸ਼ੌਂਕ ਆ ਵਿਜ਼ਿਟ ਕਰ ਸਕਦਾ ਸ਼ਾਰਜਾ ਕਾਰ ਮਿਊਜ਼ੀਅਮ ਦੇ ਵਿੱਚ ਕੋਈ ਬੋਰੀਅਤ ਨਹੀਂ ਹੁੰਦੀ ਬਈ ਆਪਾਂ ਨੂੰ ਕਾਰਾਂ ਦਾ ਥੋੜ੍ਹਾ ਜਿਹਾ ਸ਼ੌਂਕ ਆ ਬਾਈ ਉਹਨਾਂ ਨੂੰ ਵੀ ਆ ਠੀਕ ਹੈ ਜਿਹੜੇ ਨਾਲ ਆਏ ਹੋਏ ਅਤੇ ਹੁਣ ਆਲਮੋਸਟ ਵਿਜ਼ਿਟ ਫਿਨਿਸ਼ ਹੋ ਗਿਆ ਕਾਰ ਦਾ ਇੰਜਨ ਬਾਈ ਉਹਨਾਂ ਨੇ ਚਲਾ ਲਿਆ ਪਤਾ ਨਹੀਂ ਕਿੱਦਾਂ ਕਰੋ ਬਈ ਬਾਈ ਜੀ ਹੁਣ ਤੁਹਾਨੂੰ ਮੈਂ ਦਿਖਾ ਰਿਹਾ ਜਿੱਥੋਂ ਸਟਾਰਟ ਹੋਈ ਆ ਕਹਾਣੀ ਠੀਕ ਆ ਜਿੱਥੋਂ ਸਟਾਰਟ ਹੋਈ ਆ ਟਰੈਵਲਿੰਗ ਦੀ ਪੁਰਾਣੇ ਸਾਈਕਲ ਠੀਕ ਕਰਨਾ ਬਾਈ ਜੀ ਵਲੌਗ ਕੰਪਲੀਟ ਹੋ ਗਿਆ ਪਲੀਜ਼ ਡੂ ਸਬਸਕ੍ਰਾਈਬ ਡੂਬਰੋ ਚੈਨਲ ਪਲੀਜ਼ ਠੀਕ ਹੈ ਬਾਈ ਜੀ ਓਕੇ ਥੈਂਕ ਯੂ ਸ਼ਾਰਜਾ ਮਿਊਜ਼ੀਅਮ ਬਾਬਾਸ 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 ਗਾਇਜ਼ ਪਲੀਜ਼ ਡੂ ਸਬਸਕ੍ਰਾਈਬ ਡੂਬਰੋ ਚੈਨਲ ਲਾਈਕ ਸ਼ੇਅਰ ਐਂਡ ਕਮੈਂਟ ਥੈਂਕ ਯੂ ਸੋ ਮਚ ਜੋ ਸਾਨੂੰ ਪਿਆਰ ਦੇ ਰਹੇ ਹੋ ਤੁਸੀਂ ਸਾਡੇ ਵਲੌਗਸ 'ਤੇ ਵੀਡੀਓਜ਼ 'ਤੇ ਡੂਬਰੋ ਚੈਨਲ ਨੂੰ ਸਬਸਕ੍ਰਾਈਬ ਕਰੋ